ਪੰਜਾਬ ਦੇ ਦੇਸ਼ ਦੀ ਵਪਾਰਕ ਅਤੇ ਆਰਥਿਕ ਮਜ਼ਬੂਤੀ ਦੇ ਖੇਤਰ ਵਿੱਚ ਸਰਕਾਰੀ ਬਿਕਰਮ ਕਾਲਜ ਆਫ ਕਮਰਸ ਦਾ ਵੱਡਾ ਯੋਗਦਾਨ ਰਿਹਾ ਕਿਉਂਕਿ ਇਸ ਸੰਸਥਾ ਵੱਲੋਂ ਉਚੇਰੀ ਸਿੱਖਿਆ ਹਾਸਲ ਕਰਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਬੈਂਕਿੰਗ ਵਪਾਰਕ ਅਤੇ ਹੋਰ ਕਈ ਨਾਮੀ ਸੰਸਥਾਵਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਕਾਰੀ ਬਿਕਰਮ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸਰਦਾਰ ਭਰਤ ਇੰਦਰ ਸਿੰਘ ਚਾਹਲ ਨੇ ਕੀਤਾ ਹੈ ਉਹਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਕਰਨ ਦੇ ਵਿੱਚ ਵੀ ਇਸ ਕਾਲਜ ਦਾ ਵੱਡਾ ਯੋਗਦਾਨ ਰਿਹਾ ਇਸ ਦੌਰਾਨ ਚਾਹਲ ਨੇ ਸਾਲ 2015-16 ਸੈਸ਼ਨ ਦੇ 307 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਉਹਨਾਂ ਕਨਵੋਕੇਸ਼ਨ ਦੌਰਾਨ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਕਾਲਜ ਆਫ ਕਮਰਸ ਦੇ ਸਾਲਾਨਾ ਸਮਾਗਮ 'ਤੇ ਆਇਆ ਅਤੇ ਔਰ ਮੈਂ ਉਮੀਦ ਕਰਦਾ ਕਿ ਬੱਚੇ ਬਹੁਤ ਲਾਇਕ ਬਣਨ ਔਰ ਜੋ ਇਹਨਾਂ ਨੂੰ ਸਾਡੇ ਕਿੰਨੀ ਉਹ ਪ੍ਰਿੰਸੀਪਲ ਸਾਹਿਬਾਂ ਨੂੰ ਕੋਈ ਸਰਕਾਰ ਕਿੰਨੀ ਉਹ ਕੋਈ ਕੋਈ ਮਦਦ ਮੰਗਣਗੇ ਅਸੀਂ ਹਮੇਸ਼ਾ ਉਹਨਾਂ